अगर आप हमारे चैनल पर नए हैं तो चैनल को सब्सक्राइब कर लीजिए और बेल आइकन पर क्लिक करके नोटिफिकेशंस को ऑन कर लीजिए फॉर फ्यूचर अपडेट्स के लिए हेलो फ्रेंड्स आप जीदा ਸਾਡੇ YouTube ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗਰੇਟਰ ਅਪਡੇਟ ਡਿਸਕਸ ਕਰਾਂਗੇ ਜੋ ਕਿ ਹੈ ਪਬਲਿਕ ਨੋਟਿਸ ਰਿਗਾਰਡਿੰਗ ETT 5994 ਪੋਸਟ ਇਨਦਰਲਾ ਐਗਜ਼ਾਮ ਪੇਪਰ 1C ਉਹ ਕੈਨਸਲ ਕਰ ਦਿੱਤਾ ਸੀ ਅਤੇ ਐਗਜ਼ਾਮ ਹੁਣ ਫਿਰ ਤੋਂ ਹੋਣਾ ਹੈ ਤਾਂ ਉਹਦੇ ਰਿਗਾਰਡਿੰਗ ਅਪਡੇਟ ਆਈ ਹੈ ਅਪਡੇਟ ਦੇ ਲਈ ਅਫੀਸ਼ੀਅਲ ਵੈਬਸਾਈਟ educationequipmentboard.com ਵੈਬਸਾਈਟ ਤੇ ਜਾ ਕੇ ਲੇਟੈਸਟ ਸਰਕੂਲਰਸ ਤੇ ਵੀ ਤੁਸੀਂ ਇਹ ਨੋਟਿਸ ਡਾਊਨਲੋਡ ਕਰ ਲੈਣਾ ਹੈ ਅਟਾਡੇ ਸਾਹਮਣੇ ਆਪਾਂ ਪੀਅਰ ਕਰਦੇ ਹਾਂ ਅਫੀਸ਼ੀਅਲ ਨੋਟਿਸ ਹੈ ਜੀ ਦੱਸਿਆ ਹੈ ਸਕੂਲ ਸਿੱਖਿਆ ਵਿਭਾਗ ਅਦੀਨ ਰਣਾਰਚ ਚਲਾਨਮੀ ETT ਕਰਡਰ ਦੀਆਂ ਅਸਾਮੀਆਂ ਦਾ ਵਿਗਿਆਪਨ 12 10 22 ਨੂੰ ਦਿੱਤਾ ਗਿਆ ਸੀ ਜਿਸ ਦੀ ਅਪਲਾਈ ਕਰਨ ਦੀ ਡੇਟ 10 11 2022 ਸੀ ਇਹਨਾਂ ਅਸਾਮੀਆਂ ਦਾ ਲਿਖਤੀ ਟੈਸਟ 5 ਮਾਰਚ 2023 ਨੂੰ ਲਿਆ ਗਿਆ ਸੀ ਪਰੰਤੂ ਇੱਕ ਪਟੀਸ਼ਨ ਦੇ ਰਿਗਾਰਡਿੰਗ ਇਹ ਕੇਸ ਲੱਗਿਆ ਸੀ ਅਤੇ ਉਹਨਾਂ ਹੁਕਮਾਂ ਦੇ ਅਨੁਸਾਰ 4430 4 2024 ਅਨੁਸਾਰ ਇਹਦਾ ਪੇਪਰ 1 ਹੋਇਆ ਸੀ ਪੰਜਾਬੀ ਭਾਸ਼ਾ ਦੇ ਦੁਆਰਾ ਲਿਆ ਜਾਣਾ ਹੈ ਠੀਕ ਹੈ ਇਸ ਮੰਤਵ ਲਈ ATT 1994 ਪੇਪਰ 1 ਪਾਸ਼ਾ ਦਾ ਸਿਲੇਬਸ ਵੈੱਬਸਾਈਟ ਤੇ ਅਪਲੋਡ ਕਰ ਦਿੱਤਾ ਗਿਆ ਹੈ ਇਹ ਹੈ ਦੀ ਸਿਲੇਬਸ ਪੇਪਰ A ਦਾ 100 ਮਿੰਟ ਦਾ ਐਗਜ਼ਾਮ ਹੋਏਗਾ 100 ਮਿੰਟ ਮਤਲਬ 1 ਘੰਟਾ ਤਾਂ 40 ਮਿੰਟ ਠੀਕ ਹੈ 6 ਬਿਲਕੁਲ ਜੀ 100 ਮਿੰਟ ਦੇ ਹੋ ਗਏ ਥੇ ਉਸ ਤੋਂ ਬਾਅਦ ਭਾਸ਼ਾ ਅਤੇ ਉਪਭਾਸ਼ਾ ਦੇ ਵਿੱਚ ਸਭ ਤੋਂ ਬਾਰੇ ਟੌਪਿਕ ਹੈ ਭਾਸ਼ਾ ਦੀ ਪਰਿਭਾਸ਼ਾ ਆਉਗੀ ਕਿਸਮਾਂ ਹੋਗੀਆਂ ਪੰਜਾਬੀ ਭਾਸ਼ਾ ਟਕਸਾਲੀ ਪੰਜਾਬੀ ਪੰਜਾਬੀ ਦੀਆਂ ਉਪਭਾਸ਼ਾਵਾਂ ਲਿਖਤੀ ਅਤੇ ਗੁਰਮੁਖੀ ਲਿਪੀ ਲਿਪੀ ਅਤੇ ਗੁਰਮੁਖੀ ਲਿਪੀ ਦੀ ਪਰਿਭਾਸ਼ਾ ਤੁਨੀਬੋਧ ਦੇ ਵਿੱਚ ਸਵਰ ਤੁਨੀਆ ਵਿਅੰਜਨ ਤੁਨੀਆ ਆਉਗੀਆਂ ਸ਼ਬਦ ਬੋਧ ਦੇ ਵਿੱਚ ਨਾਮ ਪੜਨਾਮ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਯੋਜਕ ਵਿਸਮਕ ਸ਼ਬਦ ਦੀ ਪਰਿਭਾਸ਼ਾ ਕਿਸਮਾਂ ਅਤੇ ਵੰਗੀਕਰਨ ਦੇ ਆਧਾਰ ਸ਼ਬਦ ਬਣਾਣ ਸ਼ਬਦ ਵਰਤਨ ਤੇ ਸ਼ਬਦ ਰਚਨ ਮੂਲ ਸ਼ਬਦ ਜਾਂ ਤਾਂਤੂ ਅਗੇਤਰ ਪਿਛੇਤਰ ਠੀਕ ਹੈ ਜੀ ਪ੍ਰੀਫਿਕਸ ਪੋਸਫਿਕਸ ਵਾਕ ਬੋਧਾਊਗੇ ਬਾਕੀ ਤੁਸੀਂ ਦੇਖ ਲਿਓ ਮੈਂ ਜ਼ਿਆਦਾ ਇੱਥੇ ਵੀਡੀਓ ਦੇ ਵਿੱਚ ਟਾੜਾ ਟਾਈਮ ਵੇਸ ਨਹੀਂ ਕਰੂੰਗਾ ਬਿਕੋਜ਼ 올ਓਵਰ ਆਈ ਥਿੰਕ ਦਾ ਨੂ ਸਲੇਬਸ ਪੁੱਜ ਗਿਆ ਹੋਣਾ ਹੈ ਵਾਕਸ਼ ਵਾਕ ਬੋਧਾਊਗਾ ਜੀ ਅਰਥ ਬੋਧ ਆਊਗਾ ਲਿੰਗ ਵਚਨ ਉਹੀ ਜੋ ਤੁਹਾਡੀ ਗ੍ਰਾਮਰ ਹੁੰਦੀ ਹੈ ਉਹੀ ਹੈ ਜੀ ਪੰਜਾਬੀ ਸ਼ਬਦ ਜੋੜ ਦੂਜਾ ਪੰਜਾਬੀ ਸਾਹਿਤ ਹੈ ਇਹਦੇ ਵਿੱਚ ਜੀਵਨੀਆਂ ਆਉਗੀਆਂ ਰਚਨਾਵਾਂ ਆਉਗੀਆਂ ਜਿਦਾਂ ਗੁਰਨਾਨਕ ਦੇਵ ਜੀ ਅ ਸ਼੍ਰੀ ਗੁਰੂ ਅਮਰਦਾਸ ਜੀ ਦਨ ਗੁਰੂ ਗੋਬਿੰਦ ਸਿੰਘ ਜੀ ਗੁਰਨਾਨਕ ਦੇਵ ਜੀ ਭਾਈ ਗੁਰਦਾਸ ਜੀ ਆਧੁਨਿਕ ਪੰਜਾਬੀ ਕਵਿਤਾਵਾਂ ਆਗੀਆਂ ਉਸ ਤੋਂ ਬਾਅਦ ਵਾਰਤਕ ਭਾਗ ਆਊਗਾ ਜਿਦਾਂ ਇਹਾਂ ਤੇਜਾ ਸਿੰਘ ਜੀ ਹੈ ਬਲਰਾਜ ਮਾਨ ਸਾਹਨੀ ਜੀ ਹੈ ਡਾਕਟਰ ਨਰਿੰਦਰ ਸਿੰਘ ਕਪੂਰ ਹੈ ਕਹਾਣੀ ਭਾਗ ਆਊਗਾ ਠੀਕ ਹੈ ਜੀ ਬਾਕੀ ਦੱਸਿਆ ਉਪਰੋਕਤ ਸਿਲੇਬਸ 10ਵੀਂ ਜਮਾਤ ਦੇ ਪੱਧਰ ਅਨੁਸਾਰ ਹੋਏਗਾ ਤਾਂ ਮਤਲਬ ਜੋ ਤੁਹਾਡਾ ਟੈਂਡਰ ਸਿਲੇਬਸ ਉਹਦੇ ਅਕੋਰਡਿੰਗ ਹੋਗਾ ਕੱਲ ਹੀ ਇਹ ਨੋਟਸ ਰਿਲੀਜ਼ ਹੋਇਆ ਹੈ ਅਜੇ ਨੀਅਰ ਅਬਾਊਟ 30 10 ਵਜੇ ਤੋਂ ਬਾਅਦ ਹੀ ਅਪਲੋਡ ਹੋਇਆ ਤਾਂ ਮੈਂ ਵੀਡੀਓ ਅਪਲੋਡ ਕਰਦਾ ਪਿਆ ਉਸ ਤੋਂ ਬਾਅਦ ਹੀ ਤਾਂ ਬਾਕੀਦਰੀ ਵੀਡੀਓਜ਼ ਵਾਸੇ ਜ਼ਰੂਰ ਸਾਨੂੰ ਜੁਆਇਨ ਕਰੋ ਪੇਪਰ ਦੇ ਲਈ 올 ది ਵੈਰੀਅਸ ਪੇਪਰ ਟਾ ਵਧੀਆ ਜਾਊਗਾ ਬਟ ਪ੍ਰੈਪਰੇਸ਼ਨ ਫੁੱਲ ਰੱਖੋ ਤਾਂ ਬਾਕੀਦਰੀ ਅਪਡੇਟ ਵਾਸੇ ਜ਼ਰੂਰ ਸਾਨੂੰ ਜੁਆਇਨ ਕਰੋ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਫਾਰ ਫਿਊਚਰ ਅਪ